ਦੌਰਾ ਕੀਤਾ ਜੀ, ਇਹਦੇ ਬਾਰੇ ਜਾਣਕਾਰੀ ਦੇਈ ਕਿ ਡੀ ਆਈ ਜੀ ਸਾਹਿਬ ਡਿਸਟ੍ਰਿਕਟ ਦੇ ਜਿਹੜੇ ਅਰੇਂਜਮੈਂਟਸ ਆ ਉਹ ਵੇਖਣ ਲਈ ਆਏ ਸੀਗੇ ਅਤੇ ਉਹਨਾਂ ਨੇ ਸਾਰਾ ਫਰੀਦਕੋਟ ਦਾ ਦੌਰਾ ਕੀਤਾ, ਹੁਣ ਮੋਗੇ ਦਾ ਦੌਰਾ ਕਰਕੇ ਗਏ। ਸਾਰੇ ਅਰੇਂਜਮੈਂਟਸ ਤੋਂ ਸੈਟਿਸਫਾਈਡ ਨੇ, ਜਿੰਨੀ ਬਰੀਫਿੰਗ ਸੀਗੀ ਔਨ ਦੀ ਸਪੋਟ ਉਹ ਕਰਕੇ ਗਏ, ਮੈਂ ਡੀ ਆਈ ਜੀ ਸਾਹਿਬ ਨੇ ਕੀਤੀ ਆ। ਜਿੰਨਾ ਚਿਰ ਤੱਕ ਇਹ ਸਾਰਾ ਕਰਫਿਊ ਵਾਲਾ ਸਿਸਟਮ ਚੱਲਦਾ, ਸੀਨੀਅਰ ਅਫਸਰ ਸਾਹਿਬਾਨ ਵੀ ਫੋਰਸ ਦਾ ਮਰਾਲ ਉੱਪਰ ਕਰਨ ਲਈ ਅਤੇ ਜਿਹੜੇ ਹੋਰ ਇੰਤਜ਼ਾਮ ਹੈ ਵੇਖਣ ਲਈ ਆਪਣੇ ਵਿਜ਼ਿਟਸ ਕਰਦੇ ਹਨ। ਸਰ ਅੱਗੇ ਕੀ ਇੰਤਜ਼ਾਮ ਕੀਤੇ ਜਾ ਰਹੇ ਜੋ ਰਿਲੀਫ ਮਿਲ ਸਕੇ ਕੁਛ ਲੋਕਾਂ ਨੂੰ, ਜੋ ਕਿ ਜਿਵੇਂ ਰਾਸ਼ਨ ਨਹੀਂ ਮਿਲ ਰਿਹਾ, ਦਵਾਈ ਮੈਡੀਸਨ ਨਹੀਂ ਮਿਲ ਰਹੀ, ਉਹਦੇ ਬਾਰੇ? ਦੇਖੋ, ਰਾਸ਼ਨ ਦਾ ਵੀ ਥਰੂ ਗੱਡੀਆਂ ਦੇ ਜਿਹੜਾ ਹੈਗਾ ਉਹ ਸਪਲਾਈ ਕੀਤਾ ਜਾਊਗਾ। ਡੀ ਸੀ ਸਾਹਿਬ ਦੀ ਹੁਣ ਮੀਟਿੰਗ ਹੈਗੀ ਆ, ਉਹਦੇ 'ਚ ਸਾਰਾ ਪਲੈਨ ਆਊਟ ਹੋ ਕੇ ਅੱਜ ਤੋਂ ਇਹ ਸਿਸਟਮ ਜਿਹੜਾ ਇਨ ਪਲੇਸ ਹੋਇਆ। Subscribe to our YouTube channel News DNN by clicking the bell icon. Don't forget to like, comment and share.